ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਮੈਂ ਤੁਹਾਡਾ ਆਪਣਾ ਅਰਮਾਨ ਡੱਫਰ, ਤੁਸੀਂ ਜੁੜ ਚੁੱਕੇ ਆਪਣੇ ਬਲੌਗ ਦੇ ਜ਼ਰੀਏ। ਅੱਜ ਪੁੱਜੇ ਹੋਏ ਹਾਂ ਜੀ ਜ਼ਿਲ੍ਹੇ ਹੁਸ਼ਿਆਰਪੁਰ ਦੇ ਐਮਾ ਮਾਰਕ ਪਿੰਡ ਦੇ ਵਿੱਚ। ਪਹਿਲਾਂ ਮੈਂ ਢਾਹੇ ਪਿੰਡ ਦਾ ਸ਼ੇਰੂ ਪੁੱਜਿਆ ਹੋਇਆ ਭਾਜੀ, ਕੀ ਹਾਲ ਚਾਲ ਆ, ਕੀ ਰਣਨੀਤੀ ਬਣਾਈ ਹੋਈ ਆ ਮੈਚ ਦੇ ਵਿੱਚ? ਹਾਂ, ਬਾਕੀ ਲਾਸਟ ਓਵਰ ਮਿਰਜ਼ਾ, ਬਾਕੀ ਦੇਖੋ ਕੀ ਬਣਦਾ ਨਾ ਮੈਚ ਦੇ ਵਿੱਚ। ਲਓ ਜੀ ਇਧਰਲੇ ਪਾਸੇ ਬੱਗਾ ਭਾਜੀ ਲਾੜਪੁਰ ਦੇ ਨਾਲ ਸੁਰਜੀਤ ਸਿੰਘ ਸੰਧੂ ਜੀ। ਹੋਰ ਭਾਜੀ ਕੀ ਹਾਲ ਚਾਲ ਆ? ਅੱਜ ਪੁੱਜੇ ਹੋਏ ਆ ਕਾਸਕੋ ਦੇ ਮੇਲੇ ਦੇ ਉੱਪਰ। ਅਕਸਰ ਮਾਂ ਖੇਡ ਕਬੱਡੀ ਦੇ ਵਿੱਚ ਬੋਲਾਂ ਦੀ ਸਾਂਝ ਪਾਉਂਦੇ ਆ ਸਾਡੇ ਵੱਡੇ ਭਾਜੀ ਬੱਗਾ ਲਾੜਪੁਰ ਜੀ, ਅੱਜ ਪੁੱਜੇ ਹੋਏ ਆ। ਬਾਕੀ ਮੇਲਿਆਂ ਦੇ ਕਾਸਕੋ ਦਾ ਐਮਏ ਚੱਲੀ ਜਾਂਦਾ, ਤੇ ਬਸ ਭਰਾਵਾਂ ਨੂੰ ਮਿਲ ਕੇ ਭਰਾਵਾਂ ਨਾਲ ਰੌਣਕਾਂ ਲਾਉਣ ਆਏ ਆ, ਤੇ ਮੇਲੇ ਦਾ ਆਨੰਦ ਬੰਨਾਂਗੇ ਤੇ ਬਣਾਵਾਂਗੇ ਵੀ। ਤੇ ਜੇ ਮੈਚਾਂ ਦੀ ਗੱਲ ਕੀਤੀ ਜਾਵੇ, ਮੈਚ ਕਿਹੋ ਜਿਹੇ ਲੱਗ ਰਹੇ ਆ? ਬਹੁਤ ਤਕੜੇ ਮੈਚ ਆ, ਭਰਾ ਨੇ ਬਹੁਤ, ਦੀਪਕ ਬਾਈ ਨੇ ਬਹੁਤ ਜ਼ੋਰ ਲਾਉਂਦਾ, ਹਰ ਸਾਲ ਹੀ ਬਹੁਤ ਜ਼ੋਰ ਲਾਉਂਦਾ, ਤੇ ਐਰਕਾਂ ਵੀ ਪਲੇਅਰ ਵਧੀਆ ਸੱਦੇ ਨੇ। ਮੁੱਕਦੀ ਗੱਲ ਸਾਰੀ ਵਿੱਚੋਂ ਮੇਨ ਗੱਲ ਇਹ ਲੱਗੀ ਹੈ ਕਿ ਲੋਕਲ ਟੀਮਾਂ ਵੀ ਖੇਡੀਆਂ ਤੇ ਲੋਕਲ ਟੀਮਾਂ 'ਚ ਵੀ ਵਧੀਆ ਖੇਡਦੇ ਨੇ। ਇਹ ਸਭ ਤੋਂ ਵੱਡੀ ਖੂਬੀ ਆ ਮੇਲੇ ਦੀ, ਕਿਉਂਕਿ ਕਈ ਟਾਈਮ ਕਈ ਥਾਂ 'ਤੇ ਕੀ ਹੁੰਦਾ, ਬੰਦਾ ਸਟਾਰ ਜਾਂ ਕੋਈ ਵਧੀਆ ਪਲੇਅਰ ਸੱਦਣ ਦੇ ਮਾਰੇ ਨਾ, ਲੋਕਲ ਨੂੰ ਉਹ ਕੀ ਕਹਿੰਦਾ ਹੁੰਦਾ ਵੀ ਪਹਿਲੇ ਦੂਜੇ ਦਿਨ 'ਚ ਹੀ ਨਿਬੜ ਜਾਂਦਾ ਕੰਮ, ਲੋਕਲ ਵਾਲਾ ਇੱਥੇ ਕੀ ਨਿਬੜ ਜਾਣ, ਤੇ ਬਾਅਦ 'ਚ ਜਦੋਂ ਅਖੀਰਲਾ ਦੇਣ ਆਵੇ ਤਾਂ ਆਪਾਂ ਬਾਹਰਲੇ ਸੱਦ ਲਈ। ਉਹ ਮੈਂ ਵੇਖਿਆ ਜੇ ਪਹਿਲਾਂ ਮੈਂ ਜਦੋਂ ਬੋਲਦੇ ਸੀਗੇ ਆਪਾਂ ਹਨਾ ਬੜਲੇ ਦਾ ਸੀਗਾ, ਲੋਕਲ ਲਾਗੇ ਪਿੰਡ ਆ, ਉਹਦੇ ਵਿੱਚ ਵੀ ਪਲੇਅਰ ਭਾਵੇਂ ਉਹਨਾਂ ਨੇ ਚਲੋ ਬਾਹਰ ਤੋਂ ਜੋ ਰੱਖਿਆ ਉਹਦੇ ਅਕੋਰਡਿੰਗ ਵਧੀਆ ਪਲੇਅਰ ਆਏ ਸੀਗੇ। ਹਾਂਜੀ ਹਾਂਜੀ, ਤੇ ਪਰ ਇਹ ਸਭ ਤੋਂ ਵੱਡੀ ਗੱਲ ਸੀ ਕਿ ਲੋਕਲ ਟੀਮਾਂ ਵੀ ਮੈਚ ਖੇਡੀਆਂ। ਹਾਂ, ਲੋਕਲ ਟੀਮਾਂ ਵੀ ਲਾਸਟਲੇ ਦਿਨ ਤੱਕ ਲੋਕਲ ਦਾ ਖੇਡਣਾ ਬਹੁਤ ਵੱਡੀ ਗੱਲ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਛੋਟੇ ਛੋਟੇ ਪਿੰਡ ਨੇ ਉਰੇ ਫਿਰ ਵੀ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਇੱਥੇ ਤੱਕ ਪੁੱਜੇ ਸੰਧੂ ਬਾਈ। ਹਾਂ, ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੰਜਾਬ ਸਪੋਰਟਸ ਦੇ ਮਾਲਕ ਓਨਰ ਸੁਰਜੀਤ ਸਿੰਘ ਸੰਧੂ ਜੀ ਪੁੱਜੇ ਹੋਏ ਆ। ਸਤਿ ਸ਼੍ਰੀ ਅਕਾਲ ਵੀਰੇ, ਜਿਹੜੇ ਭਰਾ ਅਰਮਾਨ ਡੱਫਰ ਚੈਨਲ ਦੇਖ ਰਹੇ ਆ, ਸਭ ਨੂੰ ਸਤਿ ਸ਼੍ਰੀ ਅਕਾਲ। ਹੋਰ ਭਾਜੀ ਕੀ ਹਾਲ ਚਾਲ ਆ? ਪਹਿਲੀ ਵਾਰੀ ਪੁੱਜੇ ਆ ਅੱਜ ਦੇ ਮੇਲੇ ਦੇ ਉੱਪਰ ਐਵੇਂ ਮਾਂਗਟ ਦੇ ਵਿੱਚ? ਪਿਛਲੇ 4 ਸਾਲਾਂ ਤੋਂ ਗੱਲ ਚੱਲਦੀ ਸੀਗੀ, ਤੇ ਜਾਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਸੀ ਜਾਂ ਹਾਂ ਜਾਏ ਕੰਬੀਨੇਸ਼ਨ ਨਹੀਂ ਸੀ। ਹਾਂ ਹਾਂ ਹਾਂ, ਫਾਈਨਲੀ ਚੌਥੇ ਸਾਲ ਦੇ ਵਿੱਚ ਅਸੀਂ ਆਏ ਹਾਂ। ਹਾਂ, ਤੇ ਮੇਲਾ ਵੀ ਵਧੀਆ ਕਰਵਾ ਰਹੇ ਆ ਨਾ? ਵਧੀਆ ਭਾਜੀ ਯਾਰ, ਇੱਕ ਨੰਬਰ ਮੇਲਾ। ਤੇ ਜੇ ਗੱਲ ਕੀਤੀ ਜਾਵੇ ਪ੍ਰਬੰਧ ਕਿਹੋ ਜਿਹੇ ਨੇ? ਬਹੁਤ ਵਧੀਆ ਜੀ, ਠੀਕ ਆ, ਟੂਰਨਾਮੈਂਟ ਦੇ ਹਿਸਾਬ ਨਾਲ ਵਧੀਆ ਪ੍ਰਬੰਧ ਨੇ, ਓਕੇ ਆ। ਤੇ ਗਰਾਊਂਡ ਥੋੜਾ ਜਿਹਾ ਛੋਟਾ, ਛੱਕੇ ਜ਼ਿਆਦਾ ਵੱਡੇ? ਛੋਟਾ ਵਾ, ਵੈਸੇ ਗ੍ਰੀਨ ਬਾਲ ਲਾ ਲੈਂਦੇ ਤਾਂ ਵੀ। ਹਾਂ, ਵਧੀਆ ਜੀ। ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਮੋਟਰ ਸਾਹਿਬ ਸੂਰਜ ਮਨਹਾਜ ਜੀ, ਲਮੀਨ ਪੰਡੋਰੀ ਵਾਲੇ। ਭਾਜੀ ਕੀ ਹਾਲ ਚਾਲ? ਵਧੀਆ ਭਾਜੀ। ਅਗਲਾ ਮੈਚ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਅੱਜ ਲਮੀਨ ਪੰਡੋਰੀ ਦੇ ਵਿੱਚ? ਭਾਈ ਨਾਲ ਕਪੂਰਥਲਾ ਤੇ ਰਵੀ ਭਾਈ ਖੇਡਣਗੇ। ਪਹਿਲੇ ਦਿਨ ਧੁੰਨਾ ਖੇਡਿਆ ਲੁਧਿਆਣੇ ਵਾਲਾ, ਅੱਜ ਉਹਨੂੰ ਕਿਤੇ ਕੰਮ ਸੀਗਾ ਇਸ ਕਰਕੇ ਉਹ ਆਇਆ ਨਹੀਂ। ਠੀਕ ਆ, ਤੇ ਕਿ ਨਾਲ ਭਾਈ ਨੂੰ ਕਰ, ਅੱਜ ਮੈਨੂੰ ਲੱਗਦਾ ਵੀ ਫਾਈਨਲ ਦੇ ਦਾਅਵੇਦਾਰ ਬਣੋਗੇ। ਦੇਖੋ ਭਾਈ, ਰੱਬ ਚਾਹੇਗਾ ਤਾਂ ਬਣਾਂਗੇ। ਹਾਂ, ਬਾਕੀ ਕ੍ਰਿਕਟ ਆ, ਕੁਝ ਵੀ ਹੋ ਸਕਦਾ ਨਾ। ਸੋ ਇਧਰਲੇ ਪਾਸੇ ਦੀਪਕ ਠਾਕਰ ਜੀ, ਜਿਹੜੇ ਭਰਾ ਮੇਲਾ ਕਰਾ ਰਹੇ। ਰਾਮ ਜੀ ਸਾਰਿਆਂ ਨੂੰ। ਹੋਰ ਭਾਜੀ ਕਿਵੇਂ ਆ? ਵਧੀਆ ਜੀ ਵਧੀਆ, ਤੁਹਾਡੀ ਕਿਰਪਾ ਜੀ, ਕ੍ਰਿਕਟਰਾਂ ਦੀ, ਲਾਈਵ ਵਾਲਿਆਂ ਦੀ, ਇਹਨਾਂ ਸੱਦ ਕੇ ਆ ਟੂਰਨਾਮੈਂਟ ਸਿਰੇ ਚੜ ਰਿਹਾ ਭਾਜੀ ਅੱਜ। ਤੇ ਕਿੰਨਾ ਕੁ ਸਹਿਯੋਗ ਜਿਹੜਾ ਮੇਲੇ ਨੂੰ ਕਰਵਾਉਣ ਦੇ ਲਈ ਭਰਾਵਾਂ ਦਾ ਪੁੱਜਿਆ? ਕਾਫੀ ਕਾਫੀ ਕਾਫੀ, ਕਹਿੰਦੇ ਵਧੇ ਘਟਲੇ ਵੀ ਤਿਆਰ ਆ ਜੀ ਅਸੀਂ। ਬਹੁਤ ਵਧੀਆ ਬਹੁਤ ਵਧੀਆ, ਸਾਹਮਣੇ ਖਿਡਾਰੀ ਸੋਨੇ ਬਾਰ-ਬਾਰ ਲਈ ਤਿਆਰ ਕਰਕੇ ਦਿੱਤੇ। ਇਹ ਪਲੇਅਰ ਦੇਖ ਕੇ ਖੁਸ਼ੀ ਹੁੰਦੀ ਆ ਮਨ ਨੂੰ ਵੀ ਹਾਂ ਸਾਡੇ ਮੇਲੇ ਦੇ ਉੱਪਰ ਆ ਪਲੇਅਰ ਪੁੱਜਿਆ ਨਾਮੀ। ਹਾਂ ਜੀ, ਸਾਰੇ ਪਲੇਅਰ ਪੁੱਜੇ ਜੀ, ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ। ਪੰਜਾਬ 'ਚ ਮੇਲੇ ਬਹੁਤ ਜ਼ਿਆਦਾ। ਹਾਂ, ਤੇ ਉਹਦੇ ਕਰਕੇ ਚਲੋ ਫਿਰ ਵੀ ਸਾਡੇ ਕੋਲ ਬਹੁਤ ਵਧੀਆ ਪਲੇਅਰ ਪੁੱਜੇ ਆ, ਬਹੁਤ ਵਧੀਆ ਟੀਮਾਂ ਪੁੱਜੀਆਂ, ਟਾਈਮ ਨਾਲ ਹੀ ਮੈਚ ਸ਼ੁਰੂ ਹੋਏ, ਟਾਈਮ ਨਾਲ ਹੀ ਸਾਰੇ ਪਰਫਾਰਮ ਹੋਏ, ਅਸੀਂ ਬਹੁਤ ਖੁਸ਼ ਆ ਭਾਈ। ਸੋ ਇਧਰਲੇ ਪਾਸੇ ਦੀਪਕ ਠਾਕਰ ਜੀ ਭਰਾ, ਜਿਹੜੇ ਭਰਾ ਮੇਲਾ ਕਰਵਾ ਰਹੇ ਆ। ਲਓ ਜੀ ਸਾਡੇ ਦਰਮਿਆਨ ਦੁਨੀਆ ਦਾ ਮਹਾਨ ਖਿਡਾਰੀ ਅਮਨ ਭਾਜੀ ਘੁੰਮਣ। ਭਾਜੀ ਕੀ ਹਾਲ ਚਾਲ? ਕੀ ਲੱਗ ਰਿਹਾ ਹੁਣ ਐਚ ਹਰ ਕੇ? ਹਾਂ, ਸੱਚ ਮੈਚ ਜਿੱਤ ਗਏ ਨਾ ਤੁਸੀਂ, ਤੇ ਸੈਮੀ ਦੇ ਵਿੱਚ ਪਹੁੰਚ ਗਏ ਆ, ਕੀ ਆਸਾਂ ਹੋਣਗੀਆਂ? ਜੇ ਵਿਕਟ ਦੀ ਗੱਲ ਕੀਤੀ ਜਾਵੇ, ਗਰਾਊਂਡ ਦੀ ਗੱਲ ਕੀਤੀ ਜਾਵੇ, ਕਿਹੋ ਜਿਹੀ ਆ? ਜੇ ਵਿਕਟ ਕੱਲ ਮੈਨੂੰ ਲੱਗਦਾ ਵੀ ਛੋਟਾ ਸੀ ਥੋੜਾ, ਅੱਜ ਵਿਕਟ ਵੀ ਲੰਬੀ ਕੀਤੀ ਆ। ਹਾਂ, ਗਰਾਊਂਡ ਛੋਟਾ ਥੋੜਾ, ਹਰੀਵਾਲ ਹੁੰਦੀ ਜ਼ਿਆਦਾ ਵਧੀਆ ਹੋਣਾ ਸੀ। ਹਾਂ, ਉੱਤੋਂ ਹਾਈ ਬਾਉਂਸ ਬੋਲਾਂ ਲੱਗੀਆਂ ਹੋਈਆਂ, ਤੇ ਅੱਜ ਹੋਣਗੇ ਆਸਾਂ ਫਾਈਨਲ ਦੇ ਵਿੱਚ ਪਹੁੰਚੋ, ਆਸ ਲੈ ਕੇ ਤੁਰਦੇ ਆ ਸਾਰੇ ਘਰੋਂ। ਹਾਂ, ਸੋ ਅਮਨ ਘੁੰਮਣ ਜੀ, ਵਿਆਹ ਵਾਲੀ ਲਾਈਫ ਕਿੱਦਾਂ ਚੱਲ ਰਹੀ ਹੈ ਇਹ ਦੱਸੋ? ਭਾਬੀ ਰੋਕਦੇ ਤਾਂ ਨਹੀਂ ਮੈਚ ਖੇਡਣ ਨੂੰ? ਅੱਛਾ, ਫੁੱਲ ਸਪੋਰਟ ਰਹਿੰਦੀ ਹੈ ਨਾ ਵੀ? ਹਾਂ, ਇਹ ਕੋਈ ਚੱਕਰ ਨਹੀਂ। ਤੇ ਹੁਣ ਘੁੰਮਣ ਪਿੰਡ ਦਾ ਅਮਨ ਕਦੋਂ ਜਾ ਰਿਹਾ ਬਾਹਰ? ਸੋ ਇਧਰਲੇ ਪਾਸੇ ਅਮਨ ਭਾਜੀ ਘੁੰਮਣ ਸਾਡੇ ਦਰਮਿਆਨ ਪੁੱਜੇ ਹੋਏ ਆ। ਲਓ ਜੀ ਇਧਰਲੇ ਪਾਸੇ ਬਸੀ ਮਰੂਫ ਦੀ ਟੀਮ ਦੇ ਕੈਪਟਨ ਸਾਹਿਬ ਅਮਿਤ ਭਾਜੀ। ਭਾਜੀ ਕੀ ਹਾਲ ਚਾਲ? ਮੈਚ ਕਿਹਦੇ ਨਾਲ, ਕੀ ਰਣਨੀਤੀ ਬਣਾਉਂਗੇ ਮੈਚ ਦੇ ਵਿੱਚ? ਮੈਚ ਤਕੜਾ, ਕਿਹੜੇ ਕਿਹੜੇ ਪਲੇਅਰ ਅੱਜ ਬਸੀ ਮਰੂਫ ਦੀ ਲਈ ਟੀਮ ਦੇ ਲਈ ਖੇਡ ਰਹੇ ਆ ਨਾਲ? ਸੋ ਇਧਰਲੇ ਪਾਸੇ ਫਲੌਰ ਦੇ ਇਲਾਕੇ ਦਾ ਲੱਡੂ ਭਾਜੀ ਸਹਿਫਾਵਾਲ। ਭਾਜੀ ਕੀ ਹਾਲ ਚਾਲ?
ਕਿੰਨਾ ਕੁ ਸਮਾਂ ਲੱਗ ਗਿਆ ਪੁੱਜਣ ਦੇ ਲਈ? ਆਏ ਕਿੱਦਾਂ? ਖਾਸਾ ਟਾਈਮ ਲੱਗ ਗਿਆ ਤੇ ਮੈਚ ਤਗੜਾ ਥੋੜਾ। ਜੇ ਆਹ ਵਾਲੇ ਮੈਚ ਦੀ ਗੱਲ ਕੀਤੀ ਜਾਵੇ ਕਿਹੋ ਜਿਹਾ ਲੱਗ ਰਿਹਾ, ਕੀ ਬਣੂਗਾ ਮੈਚ ਦੇ ਵਿੱਚ? ਹਾਂ ਕਿਉਂਕਿ ਰਵੀ ਦਾ ਹਾਂ ਪਹਿਲੇ ਦਿਨ ਖੇਡਣ ਜਾ ਰਹੇ ਹਾਂ ਅੱਜ। ਠੀਕ ਆ, ਸੋ ਇੱਧਰਲੇ ਪਾਸੇ ਲੱਡੂ ਭਾਜੀ ਸੈਫਾਵਾਲ ਸਾਡੇ ਦਰਮਿਆਨ ਪੁੱਜੇ ਹੋਏ ਆ। ਸੋ ਇੱਧਰਲੇ ਪਾਸੇ ਬਸੀ ਮਲੂਕ ਦੀ ਟੀਮ ਦੇ ਖਿਡਾਰੀ ਭਾਜੀ ਹੋਣੀ ਪੁੱਜੇ ਹੋਏ ਆ ਅੱਜ। ਅੱਜ ਪੂਰੀ ਪ੍ਰੋਪਰ ਜਿਹੜੀ ਟੀਮ ਪੁੱਜੀ ਹੋਈ ਆ ਬਸੀ ਮਲੂਕ ਦੀ, ਅਤੇ ਆਸਾਂ ਹੋਣਗੀਆਂ ਅੱਜ ਵੀ ਫਾਈਨਲ ਮੈਚ ਦੇ ਵਿੱਚ ਪੁੱਜੋਗੇ। ਸੋ ਇੱਧਰਲੇ ਪਾਸੇ ਦੁਨੀਆਂ ਦਾ ਮਹਾਨ ਭਾਲੂ ਭਾਜੀ ਲੁਧਿਆਣਾ, ਹੋਰ ਭਾਜੀ ਕੀ ਹਾਲ ਚਾਲ? ਬਾਲਾਂ ਦਾ ਸਟਾਈਲ ਵੱਖਰਾ ਜਿਹਾ ਹੋ ਗਿਆ, ਕੀ ਚੱਕਰ? ਹਾਂ ਉੱਧਰ ਲਿਆਉਂਦੇ ਫਿਰ ਕਿਤੇ ਘੁਲਣਾ ਮਿਲਣਾ ਪੈਂਦਾ ਨਾ ਥੋੜ੍ਹਾ ਜਿਹਾ। ਅਤੇ ਮੈਚ ਤਗੜਾ ਪਹਿਲੇ ਦਿਨ ਖੇਡਣ ਜਾ ਰਹੇ ਹਾਂ ਅੱਜ। ਅੱਛਾ ਹਾਂ, ਮੈਚ ਘੁੰਮਦਾ ਲੱਗ ਲੈਣਾ ਹੁਣ। ਹਾਂ ਹੁਣ ਦੇਖੋ ਵੀ ਕੀ ਬਣਦਾ ਮੈਚ ਦੇ ਵਿੱਚ। ਤੁਹਾਡਾ ਮੈਚ ਵੀ ਤਗੜਾ, ਵਿਕਟਾਂ ਜ਼ਰੂਰੀ ਆ, ਸ਼ੇਰੂ ਮਿਰਜ਼ਾ ਅਤੇ ਨਾਲ ਰਜਤ। ਸੋ ਇੱਧਰਲੇ ਪਾਸੇ ਭਾਲੂ ਲੁਧਿਆਣਾ ਜੀ, ਕੀ ਵੀ ਵਾਲੇ ਭਰਾ ਜਿਹੜੇ ਸਪੋਂਸਰ ਕਰਦੇ ਆ ਲਵਲੀ ਭਾਜੀ ਇਸਲਾਮਾਬਾਦ, 11 ਤੇ 12 ਇਸਲਾਮਾਬਾਦ ਦੇ ਮੇਲੇ ਦੀ ਆ, ਘਰ ਦਾ ਮੇਲਾ ਹੈ ਨਾ। ਸੋ ਇੱਧਰਲੇ ਪਾਸੇ ਤਲਵਾੜੇ ਵਾਲੇ ਭਰਾ ਜੋਨੀ ਭਾਜੀ, ਜੋਨੀ ਠਾਕਰ ਜੀ, ਪਹਿਲਾ ਮੈਚ ਹਾਰ ਗਏ, ਕੀ ਗਲਤੀਆਂ ਲੱਗਦੀਆਂ? ਹਾਂ ਵਿਦੇਸ਼ੀ ਪਲੇਅਰ ਵੀ ਚੱਲੇ ਨੀ? ਹਾਂ ਪਰ ਮਹੇਸ਼ ਨੇ ਬਹੁਤ ਵਧੀਆ ਬੈਟਿੰਗ, ਮੈਚ ਬਣਾਇਆ ਵੀ ਉਹਨੇ ਹੀ ਸਾਰਾ ਤੇ ਗਵਾਇਆ ਵੀ ਉਹਨੇ। ਸੋ ਬਾਕੀ ਭਰਾ ਪੁੱਜੇ ਹੋਏ ਆ ਇਹਦੇ ਮੇਲੇ ਦੇ ਉੱਪਰ। ਹੁਣ ਕਦੋਂ ਕਰਵਾ ਰਹੇ ਆ ਮੇਲਾ ਤਲਵਾੜੇ ਦੇ ਵਿੱਚ? ਐਤਕੀ ਪ੍ਰਾਈਜ਼ ਕੀ ਹੋਣਗੇ? ਅੱਛਾ ਠੀਕ ਆ ਜੀ, ਠੀਕ ਆ ਠੀਕ ਆ, ਸਰਪ੍ਰਾਈਜ਼ ਵੀ ਹਾਂ ਹਰ ਸਾਲ ਹੀ ਵਧੀਆ ਹੁੰਦਾ, ਗਰਾਊਂਡ ਬਹੁਤ ਵਧੀਆ ਨਾ, ਬਾਬਾ ਭਾਗੀ ਸ਼ਾਹ ਜੀ ਦੀ ਕਿਰਪਾ ਹੈ ਉਸ ਨਗਰੀ ਦੇ ਉੱਪਰ। ਸੋ ਤਲਵਾੜੇ ਵਾਲੇ ਭਰਾ ਜਿਹੜੇ ਪੁੱਜੇ ਹੋਏ ਆ ਸਾਡੇ ਦਰਮਿਆਨ। ਲਓ ਜੀ ਇੱਧਰਲੇ ਪਾਸੇ ਮੀਤ ਕਾਲਕਟ ਵੀ ਚਰਚਾ 'ਚ ਰਹਿਣਾ, ਗੱਲ ਆਮ ਬੱਲੀਏ ਜੱਟ ਦੀ ਕਲਿੱਪ ਵੀ ਨਿਊਜ਼ ਬਣ ਗਈ। ਹਾਂ ਹੋਰ ਫਿਰ ਮੀਤ ਕਿਵੇਂ ਆ? ਇੱਧਰਲੇ ਪਾਸੇ ਬੱਲੂ ਰੇਰੂ ਜਿਹੜੇ ਪੁੱਜੇ ਹੋਏ ਆ ਹੁਣ ਮੈਚ ਕਿਹਦੇ ਨਾਲ? ਮੈਨੂੰ ਲੱਗਦਾ ਸੈਮੀ ਦੇ ਵਿੱਚ ਪੁੱਜ ਗਏ ਹਨਾ, ਮੈਚ ਬਹੁਤ ਤਗੜਾ ਸੀ ਤੁਹਾਡਾ। ਅਠਵੰਜਾ ਸਕੋਰ ਮਾਰੇ ਪ੍ਰੋਪਰ ਟੀਮ ਨੇ ਤੇ 56 ਰੇਰੂ ਪਿੰਡ ਦੇ ਬੱਲੂ ਦੇ ਸੀਗੇ ਪਹਿਲਾਂ। ਹਾਂ ਹਾਂ ਟੀਮ ਜਿੱਤਣੀ ਚਾਹੀਦੀ ਹੈ ਨਾ, ਕਿਉਂਕਿ ਜੇ 51,000 ਜਿੱਤ ਗਏ ਫਿਰ ਤਾਂ ਫਿਰ ਨਜ਼ਾਰਾ ਹੀ ਹੈ ਨਾ, ਗੱਲਾਂ ਬਾਤਾਂ ਹੀ ਵੱਖਰੀਆਂ, ਗੱਡੀ ਦਾ ਤੇਲ ਵੀ ਨਿਕਲ ਜਾਣਾ, ਗੱਡੀ ਦਾ ਤੇਲ ਵੀ ਨਿਕਲ ਜਾਣਾ, ਸਰਵਿਸ ਵੀ ਹੋ ਜਾਣੀ ਆ। ਸੋ ਭਰਾ ਜਿਹੜੇ ਪੁੱਜੇ ਹੋਏ ਆ ਸਾਡੇ ਦਰਮਿਆਨ। ਇੱਧਰਲੇ ਪਾਸੇ ਹਾਂਸ ਗੜਾ ਦਾ ਸਵਰਨਾ ਭਾਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਕੋਈ ਵੀ ਲਾਈਵ ਕਰਦਾ ਨਾ ਵੀ ਬਹੁਤ ਸੋਹਣਾ ਬੁਲਾਰਾ।
ਕਰਦੇ ਖਲਵਾਣੇ ਪਿੰਡ ਦਾ ਰਜਤ ਭਰਾ ਪੁੱਜਿਆ ਹੈ ਭਾਜੀ, ਕੀ ਹਾਲ ਚਾਲ? ਫਾਈਨਲ ਦੇ ਵਿਚ ਪੁੱਜ ਕੇ ਕਿੰਨੀ ਖੁਸ਼ੀ ਹੋ ਰਹੀ ਆ? ਤੁਹਾਨੂੰ ਪਤਾ ਕੀ ਹੁੰਦਾ, ਤੇ ਟੌਸ ਕਿਹਨੇ ਜਿੱਤਿਆ ਤੇ ਕੀ ਕਰੂਗੇ? ਅੱਛਾ, ਬਾਲ ਕਰੂਗੇ, ਕਿੰਨੇ ਤੱਕ ਰੋਕੂਗੇ? ਵਿਦੇਸ਼ੀ ਪਲੇਅਰ ਅਜੂ ਡੜਿਆਲ, ਅੱਜ ਪੁੱਜੇ ਹੋਏ ਮੁੰਡੇ ਫਾਈਨਲ ਦੇ ਵਿਚ, ਬੜਲੇ ਦੀ ਸਾਰੀ ਟੀਮ। ਹਾਂ, ਲੈ ਵੀ ਸਵਰਨੇ ਆ ਉਹੀ ਆ ਹੋਰ ਕੀ ਹਾਲ ਚਾਲ? ਅੱਜ ਪੱਲਵ ਹੁਣੀ ਨੀ ਆਏ? ਅੱਛਾ, ਥੋੜਾ ਜਿਹਾ ਦੁੱਖ ਮਨਾ ਰਹੇ ਹੋਣੇ। ਸੋ ਅੱਜ ਭਰਾ ਜਿਹੜੇ ਪੁੱਜੇ ਹੋਏ ਆ ਸਾਡੇ ਦਰਮਿਆਨ। ਲਾਹੌਰੀ ਇਧਰਲੇ ਪਾਸੇ ਮਿਰਜ਼ਾ ਪਿੱਪਲਾਂ ਵਾਲ ਭਾਜੀ, ਕੀ ਹਾਲ ਚਾਲ? ਵਧੀਆ ਭਾਜੀ। ਟਾਰਗੇਟ ਵੱਡਾ ਸੈੱਟ ਕਰਤਾ, ਕੀ ਰਣਨੀਤੀ ਬਣਾਈ ਹੋਈ ਹੈ ਮੈਚ ਦੇ ਵਿੱਚ? ਰਣਨੀਤੀ ਇਹੀ ਆ ਅਮਨ ਘੁੰਮਣ ਨੂੰ ਆਊਟ ਕਰਨਾ। ਹਾਂ, ਕਿਉਂਕਿ ਜਾ ਉਹ ਖੜਾ ਰਿਹਾ ਫਿਰ ਟਾਰਗੇਟ ਚੇਜ਼ ਹੋ ਵੀ ਸਕਦਾ। ਪਹਿਲਾਂ ਮੈਂ ਜਿੱਤ ਕਰ ਜਾਂਗੇ, ਬਾਕੀ ਦੇਖੋ ਨਾ ਕੀ ਬਣਦਾ। ਚਲੋ ਵਧੀਆ, ਆਪਣੀ ਟੀਮ ਵੀ ਵਧੀਆ ਬੋਲ ਰਹੀ ਹੈ। ਹਾਂ, ਲੈਫਟੀ ਹੈਗਾ ਨਾ ਮੁੰਡਾ, ਲੈਫਟੀ ਰਜਤ ਆ ਮੁੰਡਾ ਹੈਗਾ, ਸਮੋਹਿਤ ਹੈਗਾ। ਹਾਂ, ਸੋ ਬਾਕੀ ਦੇਖੋ ਕੀ ਬਣਦਾ ਮੈਚ ਦੇ ਵਿੱਚ ਮਿਰਜ਼ਾ ਪਿੱਪਲਾਂ ਵਾਲ। ਲਓ ਜੀ, ਇਧਰਲੇ ਪਾਸੇ ਸਾਡੇ ਆਏ ਦੇ ਮੁੱਖ ਮਹਿਮਾਨ ਜਿਹੜੇ ਪੁੱਜੇ ਹੋਏ ਆ, ਇੱਕ ਯਾਦਗਾਰ ਜਿਹੜੀ ਫੋਟੋ ਜਿਹੜੀ ਕਲਿੱਕ ਜਿਹੜੀ ਕੀਤੀ ਜਾ ਰਹੀ ਹੈ, ਜਿਹੜੇ ਭਰਾਵਾਂ ਵੱਲੋਂ ਬਹੁਤ ਵੱਡਾ ਸਹਿਯੋਗ ਵੀ ਪੁੱਜਦਾ ਹੋਇਆ, ਸੰਗਰਾਮ ਭਾਜੀ ਨਾਲ, ਨਿੱਕ ਰਿੱਕੀ ਠਾਕਰ ਜੀ ਨਾਲ, ਦੀਪਕ ਠਾਕਰ ਜੀ, ਕੇਸੀ ਸਪੇਨ ਵਾਲਾ ਭਰਾ ਸਾਡਾ, ਗਗਨ ਨਿਊਜ਼ੀਲੈਂਡ, ਇਹਨਾਂ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਆ ਅਤੇ ਭਰਾ ਜਿਹੜੇ ਅੱਜ ਪੁੱਜੇ ਹੋਏ ਆ ਇਹਦੇ ਮੇਲੇ ਦੇ ਉੱਪਰ, ਜਿਹਨਾਂ ਦੇ ਨਾਲ ਜਿਹੜੀ ਇੱਕ ਯਾਦਗਾਰ ਜਿਹੜੀ ਫੋਟੋ ਕਲਿੱਕ ਕੀਤੀ ਜਾ ਰਹੀ ਹੈ। ਲਓ ਜੀ, ਇਧਰਲੇ ਪਾਸੇ ਸ਼ਰਨ ਰੰਧਾਵਾ ਜੀ ਸਾਡੇ ਦਰਮਿਆਨ ਪੁੱਜੇ ਹੋਏ ਆ ਭਾਜੀ, ਕੀ ਹਾਲ ਚਾਲ? ਕਿਵੇਂ ਦਾ ਗਿਆ ਮੇਲਾ? ਸਨਮਾਨ ਕਰਵਾ ਲਈ ਲਓ ਜੀ। ਐਵੇਂ ਮੰਗਟ ਪਿੰਡ ਦਾ ਖੇਡ ਮੇਲਾ ਜਿਹੜਾ ਸਮਾਪਨ ਦਾ, ਪਹਿਲੇ ਨੰਬਰ ਦੇ ਉੱਪਰ ਜਿਹੜੀ ਟੀਮ ਖਲਵਾਣੇ ਪਿੰਡ ਦੀ ਰਹੀ ਆ, ਦੂਜੇ ਨੰਬਰ ਦੇ ਉੱਪਰ ਬੜਲੇ ਪਿੰਡ ਦੇ ਮੁੰਡੇ ਰਹੇ ਆ। ਮੈਨ ਆਫ ਦੀ ਸੀਰੀਜ਼ ਖਿਡਾਰੀ ਜਿਹੜਾ ਮਿਰਜ਼ਾ ਪਿੱਪਲਾਂਵਾਲ ਦੇ ਨਾਲ, ਖਲਵਾਣੇ ਪਿੰਡ ਦਾ ਰਜਤ ਬੈਸਟ, ਸੂਰਜ ਪੰਡੋਰੀ ਲਮੀਨ ਵਾਲੇ ਭਾਅ ਜੀ, ਅਤੇ ਨਾਲ ਬੈਸਟ ਰਿਹਾ ਜੀ ਘੁੰਮਣਾ ਪਿੰਡ ਦਾ ਅਮਨ। ਮੇਲਾ ਬਹੁਤ ਵਧੀਆ ਗਿਆ, ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਥੋੜ੍ਹਾ ਜਿਹਾ ਗਲਾ ਖਰਾਬ ਆ ਅਤੇ ਅੱਜ ਲੱਗੇ ਹੋਏ ਆ, ਸੋ ਬਾਕੀ ਪਰਮਾਤਮਾ ਮਿਹਰ ਕਰੇ। ਸੋ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਬਲੌਗ ਦੇ ਨਾਲ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।